just got your day. ਕਿੱਦਾਂ ਸਾਰੇ ਕੀ ਹਾਲ ਚਾਲ ਆ, ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਉਹ ਲਾਏ ਪਏ ਆਪਣੇ, ਠੀਕ ਆ। ਅਤੇ ਕੀ ਕਰਨਾ ਸੀ ਆਪਾਂ, ਮੈਂ ਤੁਹਾਨੂੰ ਦੱਸਦਾ। ਆਹ ਕੱਟ ਕੇ ਅਸੀਂ ਇੱਕ ਤਾਂ ਲਾਉਣਾ ਇੱਧਰ, ਉਹ ਉੱਥੇ ਲਾਵਾਂਗੇ ਇਹਨੂੰ, ਠੀਕ ਆ। ਕੱਟ ਕੇ ਸਾਰਾ ਇਹਨੂੰ ਖੋਲ੍ਹ ਕੇ, ਮਤਲਬ ਇਹਨਾਂ ਨੂੰ ਸਾਰਿਆਂ ਨੂੰ ਖੋਲ੍ਹ ਕੇ, ਅਤੇ ਇੱਧਰ ਵਿੱਚ ਲਾ ਦਾਂਗੇ ਇੱਧਰ ਦੀ, ਠੀਕ ਆ। ਉੱਤੋਂ ਦੀ ਇਹ ਲਾ ਦਾਂਗੇ, ਫਿਰ ਜਾਲੀ ਦੀ ਲੋੜ ਨਹੀਂ ਪੈਣੀ ਗੀ, ਕਿਉਂਕਿ ਮੱਛਰ ਵੀ ਨਹੀਂ ਜਾਂਦਾ ਉਹਦੇ ਵਿੱਚ ਦੀ, ਅਤੇ ਬਾਕੀ ਬਰੀਕ ਕੁਛ ਵੀ ਨਹੀਂ ਆਉਂਦਾ, ਅਤੇ ਵੱਡਾ ਬਿੱਲੀ ਬੁੱਲੀ ਦਾ ਤਾਂ ਖਤਰਾ ਇਹਦੇ ਕਰਕੇ ਜਮਾਂ ਹੀ ਹੈਣੀ ਆ, ਠੀਕ ਆ। ਬਸ, ਅਤੇ ਬਾਕੀ ਜਦੋਂ ਬਾਕੀ ਵੱਧ ਗਈ, ਉਹ ਲਾ ਦਿੰਦੇ ਹਾਂ ਇਹਦੇ ਮੂਹਰੇ, ਐਂ ਕਰਕੇ ਚਾਰੇ ਪਾਸੇ ਉਹ ਬੰਦ ਕਰਕੇ, ਠੀਕ ਆ। ਇੱਧਰੋਂ ਆਏ ਅਤੇ ਉੱਤੋਂ ਹੀ ਲਾ ਦਾਂਗੇ, ਬਹੁਤ ਵੱਡੀ ਆ ਆਪਣੇ ਕੋਲ, ਠੀਕ ਆ। ਸੈੱਟ ਆ ਸਪੂਰੀ ਵੱਡੀ ਆ, ਸਾਰੇ ਕਿਤੇ ਲੱਗ ਜਾਣੀ ਆ। ਵੇਖੋ ਬਹੁਤ ਵੱਡੀ ਆ ਇਹ, ਮੱਛਰਦਾਨੀ ਸਾਰੀ, ਉਹ ਸਾਰੇ ਇੱਥੇ ਇੰਨੇ ਥਾਂ 'ਚ ਪਾਈ ਹੁੰਦੀ ਸੀਗੀ ਮੱਛਰ ਪਸ਼ੂਆਂ ਨੂੰ। ਅਤੇ ਇਹ ਪਾਟ ਪੂਟ ਗਈ ਮਾੜੀ ਮੋਟੀ ਵਿੱਚ, ਅਤੇ ਉਹ ਤੋਂ ਪਹਿਲਾਂ ਲਾਂਗੇ ਇੱਥੋਂ ਕੱਟ ਕੇ, ਪਹਿਲਾਂ ਤਾਂ ਉਹ ਸਾਈਡ 'ਤੇ ਲਾਉਣ ਵਾਲੀ ਬਣਾ ਦਿੰਦੇ ਹਾਂ, ਠੀਕ ਆ। ਇੱਧਰਲੀ ਕੰਨੀ 'ਤੇ ਇੱਥੋਂ ਸਿੱਧੀ, ਅਤੇ ਉਦੋਂ ਬਾਅਦ ਉੱਥੇ ਮੈਣ ਕੇ ਇੱਥੋਂ ਤੱਕ, ਮੇਰਾ ਇਰਾਦਾ ਤਾਂ ਹੈਗਾ ਇੱਥੋਂ ਤੱਕ ਹੀ ਲਾ ਦਈਏ ਤਾਰ ਤੱਕ ਹੀ, ਅਤੇ ਕਿਉਂਕਿ ਇੱਥੇ ਸ਼ਾਮ ਹੀ ਹੁੰਦੀ ਆ, ਫਿਰ ਬਾਕੀ ਦੇਖਾਂਗੇ ਘਰ ਦੇ, ਫਿਰ ਬੋਲਣ ਨਾ ਬਾਹਲਾ। ਫਿਰ ਇੱਥੋਂ ਤੱਕ ਇੰਨੀ ਕੁ ਲਾ ਦਾਂਗੇ, ਠੀਕ ਆ। ਬਾਕੀ ਉੱਤੋਂ ਜਿਹੜੀ ਹਾਂ ਉੱਤੋਂ ਦੀ ਲਾ ਕੇ, ਅਤੇ ਇੱਧਰੋਂ ਇੰਨੀ ਉਹ ਇੱਥੇ ਇੱਕ ਟੰਬਾ ਘੜ ਲਾਂਗੇ ਐਡੇ ਕੁ ਹਿਸਾਬ ਦਾ, ਅਤੇ ਇਹਦੇ ਜਿੱਡਾ ਹੀ ਇਹ ਇੱਥੇ ਵੀ ਇੱਕ ਇਹਦੇ ਇੱਕ ਜਿੱਡਾ ਉੱਚਾ ਹੀ ਘੜ ਲਾਂਗੇ, ਠੀਕ ਆ। ਅਤੇ ਇੱਥੋਂ ਦੀ ਬੜਾ ਰਸਤਾ ਰਹਿ ਜੂਗਾ ਲੰਘਣ ਨੂੰ, ਅਤੇ ਜੇ ਆਪਾਂ ਇੱਥੋਂ ਤੱਕ ਲਾਈ ਫਿਰ ਬਾਹਲੀ ਹੋ ਜਾਣੀ ਆ, ਇੰਨੀ ਕੁ ਲਾ ਲਾਂਗੇ, ਠੀਕ ਆ। ਇਹਦੇ ਉੱਤਰ ਐਂ ਉੱਚੀ ਲਾ ਲਾਂਗੇ, ਨਹੀਂ ਤਾਂ ਥੋੜ੍ਹੀ ਕੁ ਨਿੰਨੀ ਵੀ ਧੁੱਪ ਵੱਧਦਾ ਹੀ ਚੱਲੇ, ਠੀਕ ਆ। ਅਤੇ ਉੱਤੇ ਵਿੱਚ ਡੰਡੇ ਲਾ ਦਾਂਗੇ ਬਹਿਣ ਨੂੰ ਉੱਚੇ ਉੱਚੇ ਕਰਕੇ, ਠੀਕ ਆ। ਅਤੇ ਹੁਣ ਮੈਂ ਕਿਹੜਾ ਕੱਟ ਲਾਂ ਇਹਨੂੰ ਪਹਿਲਾਂ, ਤਾਂ ਕਿਉਂਕਿ ਮੈਂ ਇਕੱਲਾ ਆਏਗਾ, ਅਤੇ ਜਦੋਂ ਕੋਈ ਆ ਗਿਆ ਸ਼ਾਮ ਤੱਕ ਸਾਰੇ ਜਣੇ ਆ ਗਏ ਹਰਪੀ ਹੋਣੀ, ਅਤੇ ਉਦੋਂ ਫਿਰ ਇਹਨੂੰ ਸ਼ੁਰੂ ਕਰਾਂਗੇ ਲਾਉਣੀ। ਅਤੇ ਹੁਣ ਮੈਂ ਇਹਨੂੰ ਪਹਿਲਾਂ ਕੱਟ ਲਾਂ ਇਕੱਲਾ। ਓ ਮੇਰੇ ਵੀਰ, ਓ ਮੇਰੇ ਵੀਰ, ਓ ਅਤੇ ਆਹ ਤਾਂ ਲਾ ਦੇ, ਠੀਕ। ਪਰ ਬਿੱਲੀ ਇਹਨੂੰ ਪਾੜ ਸਕਦੀ ਆ, ਅਤੇ ਜਾਂ ਤਾਂ ਆਪਾਂ ਇੱਕ ਕੰਮ ਕਰ ਸਕਦੇ ਹਾਂ, ਇੱਕ ਦੋ ਅਤੇ ਤਿੰਨ ਅਤੇ ਚਾਰ ਇਹਦੇ ਜਿੱਡੇ ਜਿੱਡੇ ਬਣ ਕੇ ਫਰੇ ਲਿਆਉਣੇ ਆ। ਗਲਤ ਹੋ ਗਿਆ ਕੰਮ, ਇਹ ਕੰਮ ਪਹਿਲਾਂ ਕਰਨਾ ਸੀ, ਹੈ ਨਾ। ਫਰੇ ਲਾ ਕੇ ਅਤੇ ਉੱਤੋਂ ਦੀ ਲਾ ਦਿੰਦੇ, ਫਿਰ ਨਹੀਂ ਲੋੜ ਪੈਣੀ ਸੀ, ਫਿਰ ਉਹਦੇ ਫੜਿਆਂ ਦੇ ਨਾਲ ਇੰਨੀ ਇੰਨੀ ਵਿਅਥੀ ਰਹਿਣੀ ਸੀ ਇੰਨੀ। ਅਤੇ ਚਲੋ ਕੋਨੋ ਬਾਤ ਨਹੀਂ ਬਾਈ, ਜਾਂ ਤਾਂ ਫਿਰ ਕੀ ਕਰ ਸਕਦੇ ਹਾਂ ਆਪਾਂ, ਆਹੀ ਲਾ ਦਾਂਗੇ ਯਾਰ ਫਿਰ ਦੁਬਾਰਾ ਤੋਂ, ਹਰ ਕੁਛ ਲਾ ਕੇ ਲਾ ਲਓ ਕੇ ਸਿੰਪਲ, ਬਸ ਉੱਤੋਂ ਦੀ ਲਾ ਕੇ ਐਂ ਕਰਾ ਕੇ, ਜਦੋਂ ਉਹ ਆ ਗਏ ਉੱਤੇ ਲਾ ਕੇ। ਹੁਣ ਤਾਂ ਬਣਾਉਂਦੀ ਮਾੜੀ ਮੋਟੀ, ਇਹਦੀ ਵਿਅਥ ਵੀ ਰਹਿ ਜੇ ਕੋਈ ਚੱਕਰ ਨਹੀਂ ਗਾ, ਬਸ ਕਿਉਂਕਿ ਆਪਾਂ ਲਾ ਤਾ ਸਾਰੇ ਪਾਸੇ ਗੱਟੀਆਂ ਗੱਟੀਆਂ, ਇੱਥੇ ਉੱਥੇ ਇੱਕ ਦੋ ਇੱਧਰ ਉੱਧਰ ਵਿਚਾਲੇ ਲਾ ਕੇ, ਬਸ ਫਿਰ ਇਹਨੂੰ ਜਮ੍ਹਾਂ ਕਵਰ ਕਰ ਦੇਣਾ ਵਾ ਹਾਂ, ਠੀਕ ਆ। ਜਿਵੇਂ ਆਹ ਵਿੱਥ ਵਿੱਥ ਮਾੜੀ ਮੋਟੀ, ਇੱਥੇ ਇੱਕ ਲਾ ਦਊਂਗਾ ਕੁਛ ਨਾ ਕੁਛ, ਜੇ ਮਿਲ ਗਿਆ ਤਾਂ ਪਲਾਈ ਪਈ ਆ ਉੱਥੇ, ਮੈਂ ਸਾਰੀ ਲੰਮੀ ਪਲਾਈ ਲਾ ਕੇ ਉਹਦੇ ਉੱਤੇ ਦੀ ਮੇਖ ਲਾ ਦਾਂਗੇ, ਫਿਰ ਇੱਧਰ ਵਿੱਥ ਜਮ੍ਹਾਂ ਹੀ ਨਹੀਂ ਰਹਿੰਦੀ ਕੰਧ ਵਾਲੇ ਪਾਸੇ। ਵੈਸੇ ਹੁਣ ਵੀ ਵਿੱਥ ਤਾਂ ਹੈ ਨਹੀਂ, ਸਾਰੇ ਭਰ ਜਾਣੀ ਆ ਜਦੋਂ ਆਹ ਸਾਰੇ ਦੇ ਇੱਥੇ ਕਿੱਟੀਆਂ ਲਾ ਦਾਂਗੇ ਇੱਧਰ ਇੱਥੇ ਇੱਥੇ ਸਾਰੇ ਦੇ। ਚਲੋ ਫਿਰ ਵੀ ਕੋਈ ਗੱਲ ਨਹੀਂ ਨਾ, ਠੀਕ ਹੋ। ਅਤੇ ਹੁਣ ਆਹ ਰਹਿ ਗਿਆ, ਇਹ ਲਾਵਾਂਗੇ ਇੱਥੇ ਮੂਹਰੇ, ਇਹ ਉਦੋਂ ਲਾਵਾਂਗੇ ਜਦੋਂ ਅਰਪੀ ਧੋਣੀ ਆ ਗਏ, ਕਿਉਂਕਿ ਇਕੱਲੇ ਧੋਣੀ ਲੱਗਣੀ, ਠੀਕ ਆ। ਅਤੇ ਨਹਾ ਧੋ ਲਏ ਸੀ ਆਪਾਂ, ਉਹ ਵਾਲਾ ਕੰਮ ਕਰਤਾ ਸੀਗਾ ਤੁਹਾਨੂੰ ਪਤਾ ਹੀ ਆ, ਠੀਕ ਆ। ਅਤੇ ਆਹ ਜਿਹੜਾ ਬੱਚਾ ਨਵਾਂ ਲਾਉਣਾ ਹੱਥ 'ਤੇ, ਅਤੇ ਇਹਦੇ ਨਾਲ ਆਪਾਂ ਥੋੜ੍ਹਾ ਮੋਟਾ ਇਹਨੂੰ ਮਾੜਾ ਮੋਟਾ ਕਰਦੇ ਹਾਂ। ਜੈਕਸ ਇਹਦਾ ਨਾਂ ਰੱਖਣਾ, ਜੈਕਸ ਕਿਉਂਕਿ ਬਾਈ ਨੇ ਕਮੈਂਟ ਕਰਿਆ ਸੀਗਾ, ਸੋ ਆਪਾਂ ਇਹਦਾ ਨਾਮ ਰੱਖਾਂਗੇ ਜੈਕਸ, ਹੌਲੀ 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 ਲਾਵਾਂਗੇ, ਠੀਕ ਆ। ਅਤੇ ਇੱਕ ਜਣਾ ਪਹਿਲਾਂ ਦਿਨ ਆ ਜਮ੍ਹਾਂ ਹਾਲੇ, ਅੱਜ ਪਹਿਲੇ ਦਿਨ ਹੀ ਬਿਠਾਇਆ ਮੈਂ ਹੱਥ 'ਤੇ, ਅਤੇ ਤਾਂ ਥੋੜ੍ਹਾ ਥੋੜ੍ਹਾ ਹੁਣ ਡਰਦਾ ਵੀ ਆ, ਅਤੇ ਡਰੂਗਾ ਵੀ ਥੋੜ੍ਹਾ ਥੋੜ੍ਹਾ, ਐਂ ਭੱਜੂਗਾ ਵੀ ਆਸੇ ਪਾਸੇ ਨੂੰ, ਵੋਕ ਆਫ ਕਰੂਗਾ ਇਹ ਕੇਰਾਂ ਤਾਂ ਹੁਣ, ਠੀਕ ਆ। ਅਤੇ ਪਰ ਹੌਲੀ ਹੌਲੀ ਬਾਅਦ ਦੋ ਤਿੰਨ ਦਿਨਾਂ ਤੱਕ ਇਹਨੇ ਫਿਰ ਨਹੀਂ ਡਰਦਾ ਮੇਰੇ ਤੋਂ, ਫਿਰ ਮੇਰੇ ਕੋਲ ਬਹਿਣ ਲੱਗ ਚੁੱਕਾ ਜਮ੍ਹਾਂ, ਠੀਕ ਆ। ਅਤੇ ਇਹਦਾ ਨਾਂ ਰੱਖਿਆ ਆਪਾਂ ਜੈਕਸ, ਓਕੇ, ਹੈ ਨਾ। ਮੈਂ ਬਾ ਇਹਦੇ 'ਚ ਮੈਂ ਕਹਿੰਦਾ ਵੀ ਇੰਨੀ ਕੁ ਕਿਰਪਾ ਹੋਵੇ, ਇਹ ਹੋਵੇ ਮੇਲ, ਮਤਲਬ ਕਬੂਤਰ ਹੋਵੇ ਮੇਲ ਕਹੀਏ ਮੈਂ, ਕਿਉਂਕਿ ਆਹ ਕਬੂਤਰ ਹੀ ਆ ਮੇਰੇ ਹਿਸਾਬ ਨਾਲ, ਬਾਕੀ ਦੇਖੋ ਪਤਾ ਨਹੀਂ ਕੀ ਆ। ਚਲੋ ਅਤੇ ਇਹਨੂੰ ਆਪਾਂ ਇਹਨੂੰ ਤਾਰ ਦਈਏ, ਇਹਨੂੰ ਤਾਰ ਦਈਏ ਇੱਥੇ, ਅਤੇ ਇਹਨੂੰ ਇਹਨੂੰ ਅੰਦਰ ਕਰ ਦਈਏ, ਭਾਈ ਭਾਈ ਨਾ। ਅਤੇ ਇਹਨੂੰ ਆਪਾਂ ਗੇੜਾ ਕਢਾਉਂਦੇ ਹਾਂ, ਬਾਹਰ ਚੱਲਦੇ ਹਾਂ, ਠੀਕ ਆ। ਅਤੇ ਵਾਹ ਵਾਹ ਦਿਨ ਹੋ ਗਏ, ਦੋ ਤਿੰਨ ਦਿਨਾਂ ਦਾ ਵੱਡਾ ਆਇਆ ਨੀਗਾ, ਠੀਕ ਆ, ਬਾਹਰ ਜਾਂਦੇ ਹਾਂ ਬਈ। ਇੰਨਾ ਕੁ ਕਰਤਾ ਕੰਮ ਆਪਾਂ, ਅਤੇ
ਆ ਲਿਆਂਦਾ ਉਹਨੂੰ ਬਾਂਸ, ਹੁਣ ਇਹ ਬਾਂਸ ਲਾਵਾਂਗੇ ਤੇ ਆਹ ਮੁੰਡਾ ਆ ਗਿਆ ਸੀ ਆਪਣੇ ਕੋਲ, ਠੀਕ ਆ ਇੱਥੇ ਵੱਢ ਲੈਂਦੇ ਹਾਂ ਇਹ ਉਹ ਆ ਨਾ ਵੱਢ ਦਿੰਦੇ ਇਹਨੂੰ ਆਪਾਂ, ਆ ਗਿਆ ਖਰਾਬ ਜਿਹਾ ਹੋਇਆ ਬਤਾ ਇਹਨੂੰ ਵੱਢਦੇ ਆ ਕੇ, ਹੋਰ ਆਰੀ ਜਾ ਕੇ ਲੱਗਿਆ ਉੱਥੇ ਛੋਟੀ ਆਹ ਪਹਿਲਾਂ ਵੱਢ ਦੇ ਗਏ ਠੀਕ ਆ ਇੰਨਾ ਕਿੰਨਾ ਅਤੇ ਫਿਰ ਆਹ ਦੇਖੋ ਹੋ ਗਿਆ ਫਿਰ ਤੁਹਾਨੂੰ ਦਿਖਾਉਣੇ ਅੱਗੇ ਮੁੰਡੇ ਹੋ ਅਤੇ ਇੰਨਾ ਕੁ ਤਾਂ ਆਪਾਂ ਦਿੱਤਾ ਕਰ ਕੰਮ ਠੀਕ ਆ ਅਤੇ ਹੁਣ ਇਹ ਮਤਲਬ ਹਾਲੇ ਸੈੱਟ ਬਣਾ ਸੈਟਅਪ ਜਿਹਾ ਬਣ ਗਿਆ ਆਪਣਾ, ਹੁਣ ਇਹਨੂੰ ਸੈੱਟ ਕਰਕੇ ਕਸ ਕੇ ਬੰਨਣਾ ਮਤਲਬ ਰਹਿ ਗਿਆ ਉਹ ਬੰਨਦੇ ਹਾਂ ਹੁਣ ਅਸੀਂ ਠੀਕ ਆ, ਅਤੇ ਜਦੋਂ ਪੂਰਾ ਸੈਟਅਪ ਬਣਿਆ ਉਹ ਹੁਣ ਤੁਹਾਨੂੰ ਕੱਲ੍ਹ ਦਿਖਾਵਾਂਗੇ ਠੀਕ ਆ, ਅਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਦਾ ਕਰੋ, ਓਕੇ ਬਾਏ ਟਾਟਾ, ਸ਼ਾਇਦ ਆਹ ਵੀ ਲਿਆਉਂਦੀ ਸੀਗੀ ਇਹ ਵੀ ਦੋ ਤਿੰਨ ਹੋਰ ਲਿਆਉਣਗਾ ਅਤੇ ਬਣਾਉਣ ਲੱਗਦੇ ਹਾਂ, ਅਤੇ ਬਸ ਠੀਕ ਆ ਮਿਲਦੇ ਹਾਂ ਫਿਰ ਹਾਲੇ ਇਹਨਾਂ ਨੂੰ ਤਾੜ ਦਈਏ ਫਿਰ ਮਿਲਦੇ ਹਾਂ ਕੱਲ੍ਹ ਨੂੰ, ਬਾਏ ਬਾਏ ਟਾਟਾ।